ਆਹ ਵੇਖਿਓ ਕਿੰਨਾ ਸੋਹਣਾ ਸੂਟ ਹੈ। ਕਦੇ ਨੀ ਮੇਰੀ ਗੱਲ ਸੁਣੀ, ਬਸ ਫੋਨ ਦੇ ਵਿੱਚ ਹੀ ਵੜ ਰਹੇ ਹੋ, ਕਦੇ ਮੇਰੀ ਵੀ ਗੱਲ ਸੁਣ ਲਿਆ ਕਰ। ਓਏ ਯਾਰ ਕਮਾਲ ਆ, ਮੈਂ ਕੰਮ ਕਰੀ ਜਾਂਦਾ, ਮੈਂ ਵਿਹਲਾ ਬੈਠਾ ਹਾਂ। ਬੜੇ ਤੈਨੂੰ ਕੰਮ ਆਗੇ, ਕਦੇ ਗੱਲ ਸੁਣੀਏ ਮੇਰੀ। ਗੱਲ ਤੁਹਾਡੀ ਤਾਂ ਸੁਣਦਾ ਸਾਰਿਆਂ ਤੋਂ, ਹੋਰ ਕੀ ਦੇ ਸੁਣਦਾ ਮੈਂ। ਬਸ ਬਸ ਬਹਿਆ, ਬਸ ਯਾਰ ਛੱਡ ਪਰੇ, ਤੂੰ ਆਪਣੀ ਨਿਬੜੇ ਬਣੀ, ਤੂੰ ਆਦਾ ਨਾ ਦਿਆ ਬੰਦ। ਹਾਂ ਉਹ ਤਾਂ ਪਤਾ ਹੀ ਹੈ, ਹੁਣ ਤਾਂ ਤਲਾਕ ਹੀ ਆਪਣਾ, ਜਦੋਂ ਮਰਜ਼ੀ ਲੈ ਲਈ। ਜਦੋਂ ਕਦੋਂ ਲੜਾਈ ਲੜਾਈ ਲੜਾਈ, ਕੰਮ ਨਹੀਂ ਕਰਨ ਦੇਣਾ ਯਾਰ, ਆਪਣੀ ਨਿਬਣੀ ਬਸ। ਦਿਮਾਗ ਖਰਾਬ ਕੀਤਾ ਹੈ, ਤੂੰ ਕੀਤਾ ਦਿਮਾਗ ਖਰਾਬ। ਚੱਲ ਯਾਰ ਦਿਮਾਗ ਨਾ ਖਰਾਬ ਕਰ, ਜਾ ਜਾ। ਦੀਦੀ ਨੇ ਤਾਂ ਗੱਲ ਸੁਣੀ ਨੀ ਗੀ, ਬਸ ਉਹਨੂੰ ਜਾ ਕੇ ਭੜਕਾਉਣਾ ਮੈਂ। ਦਿਮਾਗ ਖਰਾਬ, ਕਿਹਨੂੰ ਫੋਨ ਲਾਈਏ? ਵਰਿੰਦਰ ਅੱਜ ਫਿਰ ਲੜੀ ਜਾਂਦੇ ਸੀ ਤੁਸੀਂ, ਤੇਰੇ ਘਰ ਬਾਲੀ ਕੱਬੀ ਹੈ। ਉਹ ਭਰਾਵਾ ਪੁੱਛਣਾ, ਮੇਰਾ ਦਿਮਾਗ ਖਰਾਬ ਹੋਇਆ ਪਿਆ ਯਾਰ, ਬਹੁਤ ਜ਼ਿਆਦਾ ਬੋਲਦੀ ਆ, ਲੜਦੀ ਆ ਬਿਨਾਂ ਕੰਮ ਤੋਂ ਯਾਰ, ਸਾਡੇ ਘਰ ਵਾਲੀਆਂ ਦਾ ਲੜਦੀਆਂ ਨਹੀਂ ਆ। ਉਹ ਤੂੰ ਦਾਣੇ ਲੈਣੇ ਆ ਯਾਰ, ਮੈਂ ਤਾਂ ਡਰ ਗਈ। ਉਹ ਤੂੰ ਦਾਣੇ ਲੈਣੇ ਆ ਯਾਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਵਰਿੰਦਰ ਰਾਏ। ਹਾਂਜੀ ਮੈਂ ਮਨਦੀਪ ਵੱਲੋਂ। ਤੇ ਦੋਸਤੋ ਕਿਵੇਂ ਦੀ ਲੱਗੀ ਆਪਣੀ ਵੀਡੀਓ, ਤੇ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜ਼ਰੂਰ ਦੱਸਿਓ। ਤੇ ਬਾਕੀ ਜਿਹੜੀ ਇਹਦੀ ਇਸ ਵੀਡੀਓ ਦੀ ਸੱਚਾਈ ਇਹ ਹੈ, ਜਿਹੜੀ ਆਪਣੀ ਲਾਈਫ ਹੈ ਨਾ, ਆਪਣੀ ਲਾਈਫ ਦੇ ਵਿੱਚ ਤੀਜਾ ਬੰਦਾ ਕਦੇ ਵੀ ਐਂਟਰ ਨਾ ਹੋਣ ਦਿਓ, ਕਿਉਂਕਿ ਉਹ ਤੁਹਾਨੂੰ ਹਮੇਸ਼ਾ ਤੁਹਾਡਾ ਗਲਤ ਸੋਚੂਗਾ, ਤੁਹਾਡਾ ਫਾਇਦਾ ਨਹੀਂ ਸੋਚੂਗਾ। ਜੋ ਤੀਜਾ ਬੰਦਾ ਜ਼ਿੰਦਗੀ 'ਚ ਇੰਟਰਫੇਅਰ ਕਰਦਾ ਨਾ, ਉਹ ਤਾਂ ਲੜਾਈ ਵੱਧਦੀ ਹੁੰਦੀ ਹੈ ਅਤੇ ਕਦੇ ਵੀ ਘੱਟਦੀ ਨਹੀਂ ਹੁੰਦੀ। ਅਤੇ ਇਹੋ ਜਿਹੇ ਤੀਜੇ ਬੰਦੇ ਨੂੰ ਬਚ ਕੇ ਰਹੋ। ਥੈਂਕ ਯੂ।